सत श्री अकाल दोस्तों, स्वागत है जी तुहाडा सारिआं दा साडे यूट्यूब चैनल ते। लै के आपां हाजिर होए हां जी अज ते कल दे पंजाब दे मौसम दी ताज़ा जानकारी, यानी कि 7 तों लैके 8 जुलाई दे पंजाब दे मौसम दी वड्डी अपडेट लैके हाजिर होए हां। सरोते वीरो वीडियो नाल अंत तक जरूर जुड़े रहना जी। तो जिन्हां वीरां ने साडे ने चैनल नूं सबसक्राइब नहीं कीता ਉਹ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਤਾਂ ਜੋ ਇਸੇ ਤਰ੍ਹਾਂ ਦੀਆਂ ਤਾਜ਼ਾ ਅਤੇ ਵੱਡੀਆਂ ਖਬਰਾਂ ਤੁਹਾਨੂੰ ਮਿਲਦੀਆਂ ਰਹਿਆ ਕਰਨ। ਸੋ ਦੋਸਤੋ, ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਇਸ ਵਕਤ ਪੂਰੇ ਪੰਜਾਬ ਭਰ ਦੇ ਵਿੱਚ ਲਗਾਤਾਰ ਬੱਦਲਵਾਈ ਵਾਲਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਬਹੁਤ ਸਾਰੇ ਹਿੱਸਿਆਂ ਦੇ ਵਿੱਚ ਬਰਸਾਤ ਹੋ ਚੁੱਕੀ ਹੈ, ਗਰਮੀ ਤੋਂ ਵੀ ਆਪਾਂ ਨੂੰ ਵੱਡੀ ਰਾਹਤ ਪ੍ਰਾਪਤ ਹੋਈ ਹੈ। ਅਤੇ ਫਿਲਹਾਲ ਗੱਲ ਕਰੀਏ ਜੀ ਆਪਾਂ ਅੱਜ ਦੇ ਪੰਜਾਬ ਦੇ ਮੌਸਮ ਦੀ ਅਤੇ ਨਾਲ ਹੀ ਕੱਲ੍ਹ ਦੇ ਪੰਜਾਬ ਦੇ ਮੌਸਮ ਦੀ। ਤਾਂ ਦੱਸ ਦਈਏ ਸਰੋਤੇ ਵੀਰੋ, ਹਜੇ 2 ਦਿਨ ਆਪਾਂ ਨੂੰ ਹੋਰ ਬੱਦਲਵਾਈ ਵਾਲੇ ਦੇਖਣ ਨੂੰ ਮਿਲ ਸਕਦੇ ਨੇ। ਜੀ ਹਾਂ ਦੋਸਤੋ, ਅੱਜ ਅਤੇ ਕੱਲ੍ਹ ਨੂੰ ਬੱਦਲਵਾਈ ਵੀ ਹੁਣ ਵੀ ਜਿਹੜੀ ਹਜੇ ਤੱਕ ਜਾਰੀ ਰਹੇਗੀ। ਅਤੇ ਬਰਸਾਤ ਦੀ ਗੱਲ ਕਰੀਏ ਤਾਂ ਬਰਸਾਤ ਦੀ ਵੀ ਪੂਰੀ ਪੂਰੀ ਸੰਭਾਵਨਾ ਰਹੇਗੀ। ਜੀ ਹਾਂ ਦੋਸਤੋ, ਜੋ ਮੌਸਮ ਵਿਭਾਗ ਵੱਲੋਂ ਅਪਡੇਟ ਮਿਲੀ ਹੈ ਉਸ ਦੇ ਮੁਤਾਬਕ ਪੂਰੇ ਪੰਜਾਬ ਭਰ ਦੇ ਵਿੱਚ ਬੱਦਲਵਾਈਆਂ ਅਗਲੇ 2 ਦਿਨਾਂ ਦੇ ਦਰਮਿਆਨ ਹਜੇ ਆਪਾਂ ਨੂੰ ਦੇਖਣ ਨੂੰ ਮਿਲਣ ਵਾਲੀਆਂ ਨੇ। ਅਤੇ ਭਾਰੀ ਮੀਂਹ ਦੀ ਗੱਲ ਕਰੀਏ ਜੇਕਰ ਸਰੋਤੇ ਵੀਰੋ, ਤਾਂ ਭਾਰੀ ਮੀਂਹ ਦੇ ਅਸਾਰ ਫਿਲਹਾਲ ਘੱਟ ਰਹੇ ਨੇ ਅਤੇ ਹਲਕੇ ਤੋਂ ਦਰਮਿਆਨਾ ਮੀਂਹ ਆਪਾਂ ਨੂੰ ਬਹੁਤ ਸਾਰੇ ਹਿੱਸਿਆਂ ਦੇ ਵਿੱਚ, ਯਾਨੀ ਕਿ ਕਹਿ ਸਕਦੇ ਹਾਂ ਕਿ 30 ਤੋਂ ਲੈ ਕੇ 40% ਹਿੱਸਿਆਂ ਦੇ ਵਿੱਚ ਅੱਜ ਵੀ ਆਪਾਂ ਨੂੰ ਮੀਂਹ ਜਿਹੜਾ ਦੇਖਣ ਨੂੰ ਮਿਲਣ ਵਾਲਾ ਹੈ। ਅਤੇ ਨਾਲ ਹੀ ਕੋਈ ਜ਼ਿਆਦਾ ਭਾਰੀ ਮੀਂਹ ਦੇ ਅਸਾਰ ਫਿਲਹਾਲ ਤਾਂ ਨਹੀਂ ਹਨ, ਕੁਝ ਕਿ ਹਲਕੀ ਬੂੰਦਾਬਾਂਦੀ ਤੱਕ ਵੀ ਸੀਮਿਤ ਰਹਿ ਸਕਦੇ ਨੇ। ਅਤੇ ਜੇਕਰ ਹਵਾਵਾਂ ਦੀ ਗੱਲ ਕੀਤੀ ਜਾਵੇ ਤਾਂ ਹਵਾਵਾਂ ਆਪਾਂ ਨੂੰ ਧੀਮੀ ਗਤੀ ਨਾਲ ਚੱਲਦੀਆਂ ਹੋਈਆਂ ਦਿਖਾਈ ਦੇਣਗੀਆਂ, ਜ਼ਿਆਦਾ ਤੇਜ਼ ਵੀ ਨਹੀਂ ਚੱਲਣਗੀਆਂ, ਜ਼ਿਆਦਾ ਧੀਮੀ ਗਤੀ ਵੀ ਨਹੀਂ ਰਹੇਗੀ, ਯਾਨੀ ਕਿ ਮੌਸਮ ਜਿਹੜਾ ਅਨੁਕੂਲ ਰਹੇਗਾ, ਜ਼ਿਆਦਾ ਗਰਮੀ ਵੀ ਨਹੀਂ ਪਵੇਗੀ ਅਤੇ ਮੌਸਮ ਜਿਹੜਾ ਜ਼ਿਆਦਾਤਰ ਠੰਡਾ ਆਪਾਂ ਨੂੰ ਦੇਖਣ ਨੂੰ ਮਿਲ ਸਕਦਾ ਹੈ। ਸੋ ਫਿਲਹਾਲ ਦੀ ਹੁੰਦੀ ਜਾਣਕਾਰੀ ਇਹੀ ਸੀ ਸਰੋਤ ਵੀਰੋ, ਕੱਲ੍ਹ ਨੂੰ ਵੀ ਆਪਾਂ ਨੂੰ ਮੌਸਮ ਜਿਹੜਾ ਬਰਸਾਤ ਵਾਲਾ ਦੇਖਣ ਨੂੰ ਮਿਲ ਸਕਦਾ ਹੈ। ਫਿਲਹਾਲ ਉਸ ਤੋਂ ਬਾਅਦ ਮੌਸਮ ਸਾਫ਼ ਹੋ ਜਾਵੇਗਾ, ਉਸ ਦੀ ਜਾਣਕਾਰੀ ਅਗਲੀ ਵੀਡੀਓ ਵਿੱਚ ਦਿੰਦੇ ਰਹਾਂਗੇ। ਹੁੰਦੀ ਜਾਣਕਾਰੀ ਇਹੀ ਸੀ, ਧੰਨਵਾਦ ਜੀ।